हाँ जी, सत श्री अकाल। की हाल चाल ने? ठीक ठाक होंगे? बड़े दिनों बाद मैं आपके इंस्टाग्राम पर लाइव होया। हाले हौली हौली सबको नोटिफिकेशन जाऊगी। लाइव जी बंदे जुड़ने शुरू हो गए ने। थैंक यू जिन्ने भी लोग इस वे लाइव के आ रहे हैं, तो हले अगे होर आएंगे। तो मैं रिक्वेस्ट भेज रहा अज ज्वाइन करने लई हरमन तुरी। हरमन तुरी एक बड़ा वड्डा नाम है पंजाब दे विच क्रिकेट दा, प्लेयरां दे। मैं रिक्वेस्ट भेजती उन्हां नूं, ते होप सो जल्दी ही ज्वाइन करनगे। जिन्ने भी लोग इस टाइम जल्दी 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 लाइव आए ने देखने लई, हरमन तुरी ज्वाइन हो गए ने, ते होप सो जल्दी आ अपने नाल। एक सैकेंड एक्सेप्ट। हाँ जी, बड़ा अज इंटरेस्टिंग टॉपिक ते थोड़ी देर लई गल करन लई आया मैं। ते बड़े टाइम तो मैं क्रिकेट तो थोड़ा जिहा पिछे हटिया हुआ, लेकिन खेडन तो मैं पिछे नहीं हटिया हुआ। पहले मैं इंटरव्यूज कराया करता, वो तो थोड़ा जिहा साइड होया हुआ। जिन्ने भी लोग जुड़ रहे ने, मैनूं जे फॉलो नहीं कीता तां फॉलो जरूर कर लिओ। मैं जरूर पढ़ूंगा सारिआं दे कमेंट्स आए। हरमन तुरी एक्सेप्ट किया, मैं ज्वाइन नहीं हो रहा। हरमन अगर ज्वाइन नहीं हो रहा तो कोई दिक्कत आ रही तो मैं मैसेज करके दस सकते हैं। थैंक यू तुसी सारे अनेबल टू ज्वाइन आ रहे। हरमन कोई टेक्निकल इशू है ताड़ी साइड तो, चाहे देख लियो की इशू आ रहा है। जिन्ने भी लोग इस वेले जुड़े ने, मैं अज कल एक खास बड़ा वड्डा टूरनामेंट चल रहा है, उस टॉपिक ते गल करन लई मैं समा खास कढ़िया सीगा। कमेंट भी जल्दी जल्दी उपर नूं जा रहे ने। मैं फिर तो दोबारा हरमन तुहानूं रिक्वेस्ट भेज रहा, जे तुसीं मैनूं भेज दो। हरमन तो होप सो जल्दी नाल जुड़ जाणगे। दिक्कत कित्थे आ गई? हां जी हरमन जी, स्वागत है तुहाडा बहुत बहुत। की हाल चाल है जी? ਵਧੀਆ ਵਧੀਆ, ਤੁਸੀਂ ਸੁਣਾਓ, ਠੀਕ ਹੋ? ਮੈਂ ਬਸ ਤੁਹਾਨੂੰ ਦੇਖ ਕੇ ਬਾਗੋ ਬਾਗ ਤੋਂ ਫਿਲਟਰ ਲਾ ਲਓ, ਸਨਸੈਟ ਆਉਂਦਾ ਤਾਂ ਬੜਾ ਘੈਂਟ ਜਿਹਾ ਆਈ ਜਾਂਦਾ। ਅੱਛਾ, ਫਿਲਟਰ? ਹਾਂ ਫਿਰ ਹਾਂ, ਮੁੱਛਾਂ ਵੀ ਖੜੀਆਂ ਕਰ ਲਵਾਂ ਤੁਹਾਡੇ ਕੋਲ, ਇੱਦਾਂ ਖੜੀਆਂ ਨੇ ਜਮਾਂ ਬਾਗੋ ਬਾਗ ਨੇ। ਕੱਲ ਜੇ ਫੋਰ ਜਿੱਤੀਆਂ ਨੇ ਤਾਂ ਹੋਰ ਹੋਰ ਖੜੀਆਂ ਹੋ ਜਾਂਦੀਆਂ। ਜੋ ਰੱਬ ਨੂੰ ਮਨਜ਼ੂਰ, ਜੋ ਦਾਤੇ ਨੂੰ ਮਨਜ਼ੂਰ, ਹਨਾ, ਕੋਈ ਚੱਕਰ ਨਹੀਂ। ਸਾਰੇ ਵੀਰੇ ਤੁਸੀਂ ਸੁਣਾਓ, ਠੀਕ ਹੋ? ਦਿਖੇ ਨੀ? ਵਧੀਆ ਨੀ ਭਾਬੀ ਜੀ ਸਭ ਠੀਕ ਨੇ? ਸਾਰੇ ਵਧੀਆ ਵੀਰੇ, ਸਾਰੇ ਵਧੀਆ, ਤੁਸੀਂ ਦੱਸੋ? ਇੱਕ ਰਿਕੁਐਸਟ ਹੈ, ਜਿੰਨੇ ਲੋਕੀ ਸਾਨੂੰ ਦੇਖ ਰਹੇ ਜੀ, ਫੋਲੋ ਨਹੀਂ ਕੀਤਾ ਮੇਰੇ ਵਾਲੇ ਹਰਮਨ ਨੂੰ ਕਰ ਲਿਓ, ਮੇਰੇ ਥੋੜੇ ਜਿਹੇ ਨੇ, ਹਰਮਨ ਵਾਲੇ ਜ਼ਿਆਦਾ ਨੇ, ਮੈਨੂੰ ਕਰ ਲਿਓ। ਤੇ ਹਰਮਨ, ਲਾਈਵ ਹੋਣ ਦਾ ਖਾਸ ਮਕਸਦ ਇਹੀ ਸੀਗਾ, ਇੰਨੀ ਆਡੀਅੰਸ, ਅਗਰ 500 ਬੰਦਾ ਅਗਰ ਆਪਾਂ ਹੁਣ ਮੌਕੇ ਤੇ ਦੇਖ ਰਿਹਾ, ਉਹਦਾ ਰੀਜ਼ਨ ਸਿਰਫ ਇੱਕੋ ਹੀ ਆ। ਪਰ ਤੁਹਾਨੂੰ ਵੀ ਪਤਾ ਉਹ ਰੀਜ਼ਨ ਕੀ ਹੈ, ਜਿਸ ਮੁੱਦੇ ਤੇ ਆਪਾਂ ਗੱਲ ਕਰਨ ਲਈ ਲਾਈਵ ਹੋਏ ਆ। ਕੱਲ ਦਾ ਦਿਨ ਕ੍ਰਿਕਟ ਲਈ, ਪਤਾ ਨੀ ਮੈਂ ਉਸ ਮੌਕੇ ਤੇ ਲਾਈਵ ਨਹੀਂ ਦੇਖ ਰਿਹਾ ਸੀਗਾ, ਤੁਸੀਂ ਗਰਾਊਂਡ ਦੇ ਵਿੱਚ ਸੀਗੇ। ਇੰਨੀਆਂ ਸਾਰੀਆਂ ਪੋਸਟਾਂ ਪੈਂਦੀਆਂ ਨੇ, ਹਨਾ, ਵੀ ਲਾਈਕ ਏਦਾਂ ਕਰੇ ਵੀ ਲੋਕ ਸਟੈਂਡ ਲਓ ਹਰਮਨ ਦੇ ਲਈ। ਇਹ ਜਿਹਾ ਹੋਇਆ ਕੀ ਸੀ ਉੱਥੇ? ਤੁਸੀਂ ਗਰਾਊਂਡ ਦੇ ਵਿੱਚ ਸੀ, ਥੋੜਾ ਜਿਹਾ ਚਾਨਣ ਪਾਓ ਉਸ ਕਰਕੇ। ਕਹਿੰਦੇ ਫਿਕਸਿੰਗ ਹੋਈ ਹੈ ਕਿ ਤੁਹਾਡਾ ਦਿਲ ਮੰਨਦਾ ਨਹੀਂ, ਰਿਐਲਿਟੀ ਦੱਸਿਓ, ਰਿਐਲਿਟੀ ਦੱਸਿਓ। ਮੇਰੇ ਕਹਿਣ ਨਾਲ ਕੁਛ ਨਹੀਂ ਹੋਣਾ, ਕਿਉਂਕਿ ਹਨਾ ਸਾਰਾ ਉੱਥੇ ਗਰਾਊਂਡ ਜਿਹੜਾ ਭਰਿਆ ਹੋਇਆ ਸੀਗਾ, ਸਾਰਿਆਂ ਨੂੰ ਪਤਾ ਕਿ ਹਨਾ ਜਿਹੜੇ ਲੋਕ ਲਾਈਵ ਨਾਲ ਜੁੜੇ ਹੋਏ ਸੀਗੇ, ਤੇ ਉੱਥੇ ਇੰਨਾ ਜਿਹੜਾ ਗਰਾਊਂਡ ਭਰਿਆ ਹੋਇਆ ਸੀ, ਉਹਨਾਂ ਨੇ ਆਪ ਹੀ ਦੇਖਿਆ ਵੀਰੇ। ਤੇ ਜਦੋਂ ਮੈਂ ਪਿੱਛੇ ਖੜਾ ਸੀਗਾ, ਵਿਕਟ ਦੇ ਪਿੱਛੇ ਮੈਂ ਦੇਖ ਰਿਹਾ ਸੀਗਾ, ਉਦੋਂ ਉਹਨਾਂ ਦਾ ਮੈਚ ਚੱਲ ਰਿਹਾ ਸੀ, ਤੇ ਉਹ ਬਸ ਕੈਚਿੰਗ ਪ੍ਰੈਕਟਿਸ ਕਰਾ ਰਹੇ ਸੀਗੇ। ਉੱਥੇ ਉੱਥੇ ਕੁਛ ਲੱਗਿਆ ਕਿ ਜਿੱਦਾਂ ਤੁਹਾਡਾ ਦਿਲ ਮੰਨਦਾ ਇਸ ਗੱਲ ਨੂੰ, ਮੈਂ ਇਹ ਕਹਿਣਾ ਚਾਹੁੰਦਾ ਵੀਰੇ, ਮੈਂ ਕਿ ਜੇ ਕੋਈ ਅੰਨਾ ਵੀ ਦੇਖੂਗਾ, ਜੇ ਕਿਸੇ ਦੇ ਅੱਖਾਂ ਚ ਜਾਨ ਵੀ ਨੀ ਹੋਊਗੀ, ਉਹਨੂੰ ਵੀ ਪਤਾ ਲੱਗ ਜੂਗਾ ਕਿ ਮੂਹਰੇ ਫਿਕਸਿੰਗ ਚੱਲ ਰਹੀ ਆ ਹਨਾ। ਤੇ ਤੁਹਾਡੀ ਤੁਹਾਡੀ ਰੋਹਿਤ ਨਾਲ ਗੱਲ ਹੋਈ ਸੀ ਇਸ ਟੌਪਿਕ ਦੇ ਉੱਤੇ, ਮੈਚ ਤੋਂ ਬਾਅਦ ਜਾਂ ਮੈਚ ਦੇ ਦੌਰਾਨ ਜਾਂ ਟੂਰਨਾਮੈਂਟ ਦੇ ਵਿੱਚ ਵੀ? ਨਹੀਂ, ਰੋਹਿਤ ਕੋਈ ਨੀ ਗੱਲ ਹੋਈ, ਜਸਟ ਇੱਕ ਆਪਾਂ ਕਹਿ ਸਕਦੇ ਕਿ ਆਪਾਂ ਦੇਖਿਆ ਸਾਹਮਣੇ, ਜੋ ਦੁਨੀਆ ਨੇ ਦੇਖਿਆ ਜਾਂ ਮੈਂ ਦੇਖਿਆ ਜਾਂ ਤੁਸੀਂ ਦੇਖਿਆ, ਸ਼ਾਇਦ ਤੁਸੀਂ ਦੇਖਿਆ ਕਿ ਨਹੀਂ ਦੇਖਿਆ, ਤੁਹਾਨੂੰ ਪਤਾ ਹੀ ਹੋਣਾ। ਮੈਂ ਬਾਅਦ ਚ ਦੇਖਿਆ, ਜਦੋਂ ਇਹ ਕੰਟਰੋਵਰਸੀ ਕ੍ਰੀਏਟ ਹੁੰਦੀ ਹੈ ਮੈਂ ਬਾਅਦ ਦੇ ਵਿੱਚ ਦੇਖਣਾ ਵੀ ਹੋਇਆ ਕੀ ਸੀ ਉੱਥੇ।
हाँ जी हाँ जी हाँ जी हाँ ते सारी बड़ी दुनिया मुश्किल है पहुंचना पड़ेगा। ते मतलब वो क्रिकेट लिए एक बहुत ही घटिया चीज सी है ना कि किस तरह आपां मैच नू किदां खेड रहे हैं एक मतलब जुआ बनाता सी फिक्सिंग ही कह सकते हैं आपां उहनूं है ना ते उस तो बाद वो टीम आके खुद स्टेज ते आके मन्नी है कि यार है ना साडे तो गलती हो गई कि असीं हाँ असीं जान बुझ के वो टीम ने स्टेज ते आके मन्नी है। कोई 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 लाग डाट सी हरमन उन्होंने पहला तुहाडे नहीं कोई, पता या नहीं मतलब लाग डाट इदां नहीं कि लड़ाई हुंदी है ग्राउंड दे विच, कई बारी बोल बुलैया हो जांदा, स्लैजिंग हो जांदी है, वो गल्लां कई बार कोई प्लेयर दिल ते रख लैंदा है। बिल्कुल भी नहीं वीरे ऐदां दा कुछ भी नहीं होया हैगा। बस एक तुहानूं दस्सिया कि आ चीज सारी दुनिया दे सामने आई ते फिर दुनिया उस तो बाद फेसबुक ते आ गई फिर क्योंकि दुनिया ने तो देखिया अपनी अखी फेसबुक ते जदों मैं मैच खत्म होया मैं मोबाइल चलाया अपना ते मैनूं मोबाइल ते मेरे ते स्क्रीनशॉट आउण लग गए फेसबुक ते जदों मैं खोली उहदे उपर शो होण लग गया भी क्रिकेट दा जलूस निकल गया क्रिकेट ए बैन होने चाहीदे ने किते ते मतलब वो मैं जब देखिया मैं कहा की चल रहा है वो मतलब उसे मैच नू लेके चल रहे सी लोकां ने जो देखिया लोकां दा रिएक्ट सीगा लोकां दा गुस्सा सीगा उस प्रति क्या की हो रहा है ना ते चलो दूजे पासे वो होगी। मेरा जो मैनू भी बहुत गुस्सा चढ़िया भी हाँ यार पहला नहीं मैनू इन्ना फील होया बाद चो जदों फील होया कि यार सारे लोग स्टैंड लै रहे है ना ते उदों मैनू बहुत गुस्सा चढ़िया इस गल ते कि 2 मिनट ਤੁਹਾਡਾ ਦਿਲ ਮੰਨਦਾ ਕਿ ਇਹਦੇ ਕਾਲ ਆ ਰਹੀ ਤੇ ਤੁਹਾਡਾ ਦਿਲ ਮੰਨਦਾ ਇਹਦੇ ਚ ਰੋਜ ਦਾ ਕੋਈ ਰੋਲ ਹੈ? ਵੀਰੇ ਹੁਣ ਇਹ ਤਾਂ ਰੱਬ ਜਾਣਦਾ ਰੋਹਿਤ ਜਾਣਦਾ ਤੇ ਉਹ ਇੱਕ ਮੂਰਲੀ ਟੀਮ ਜਾਣਦੀ ਆ ਕਿ ਅਸਲ ਗੱਲ ਕੀ ਸੀ ਇਹ ਰੋਹਿਤ ਕਲੀਅਰ ਕਰ ਸਕਦਾ ਹੈ ਦੇ ਪਰ ਮੇਰੇ ਇਹ ਵੀ ਮੇਰੀ ਬਜਾਏ ਅਗਰ ਰੋਹਿਤ ਨਾਲ ਲਾਈਵ ਹੋਇਆ ਜਾਵੇ ਤਾਂ ਜ਼ਿਆਦਾ ਬੈਟਰ ਹੈ ਕਿਉਂਕਿ ਆਪਾਂ ਇੱਕ ਅੱਖਾਂ ਨਾਲ ਦੇਖਿਆ ਤਾਂ ਉਹ ਤੁਹਾਨੂੰ ਦੱਸ ਰਿਹਾ ਉਹੀ ਤੁਸੀਂ ਅੱਖਾਂ ਨਾਲ ਦੇਖਿਆ ਤੁਸੀਂ ਦੱਸ ਸਕਦੇ ਹੋ ਹਨਾ ਪਰ ਅਸਲ ਗੱਲ ਜਿਹੜੀ ਉਹਨਾਂ ਦੀ ਵਿੱਚੋਂ ਵਿੱਚੀ ਕੀ ਗੱਲ ਹੋਈ ਆ ਉਹ ਨਾ ਮੈਨੂੰ ਪਤਾ ਨਾ ਤੁਹਾਨੂੰ ਪਤਾ ਉਹ ਬਸ ਰੋਹਿਤ ਨੂੰ ਸੁਣਨ ਦੇ ਵਿੱਚ ਆਉਂਦਾ ਹੈ, ਆਇਆ ਗਿਆ ਕਿ ਜਿਹੜੀ ਵਿਕਟਸ ਉਸ ਓਵਰ ਦੇ ਵਿੱਚ ਲਿੱਤੀਆਂ ਗਈਆਂ ਉਹਨਾਂ ਨੂੰ ਜਦੋਂ ਸੀਰੀਜ਼ ਕਾਊਂਟ ਕਰਨ ਲੱਗੇ ਉਹਦੇ ਵਿੱਚ ਵੀ ਤੁਸੀਂ ਥੋੜਾ ਪਿੱਛੇ ਰਹਿ ਗਏ ਸੀਗੇ। ਪਰ ਜਿੱਤ ਉਹ ਵਿਕਟਸ ਜੇ ਨੈਟਵਰਕ ਹੈਲੋ ਹੈਲੋ ਪਰ ਹੈਲੋ ਕਾਲ ਆ ਰਹੀ, ਨੈਟਵਰਕ ਇਸ਼ੂ ਹੈ ਕੋਈ? ਹੈਲੋ ਹਾਂਜੀ 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 ਹਾਂਜੀ, ਕਾਲ ਸੁਣ ਆ ਪਾ ਰਹੀ ਰਿਹਾ, ਕਾਲ ਆ ਰਹੀ ਮੈਂ ਸੁਣ ਰਿਹਾ ਤੁਹਾਨੂੰ ਸੁਣ ਰਿਹਾ। ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਉੱਥੇ ਹੋਇਆ, ਕਹਿੰਦੇ ਵੀ ਉਹ ਜਿਹੜੀ ਵਿਕਟ ਸੀਗੀਆਂ ਉਹ ਕਾਊਂਟ ਨਹੀਂ ਕੀਤੀਆਂ ਗਈਆਂ ਜਦੋਂ ਸੀਰੀਜ਼ ਕੱਢਣ ਲੱਗੇ, ਇਹ ਗੱਲ ਹੋਈ ਆ ਉੱਥੇ? ਲੱਗਦਾ ਕੋਈ ਕਨੈਕਸ਼ਨ ਜਾਂ ਕਾਲ ਆ ਗਏ ਵਿੱਚ, ਤੇ ਜਲਦੀ ਦੁਬਾਰਾ ਜੁੜਦੇ ਨੇ, ਹੋਪ ਸੋ। ਤੇ 600 ਬੰਦੇ ਜੁੜੇ ਨੇ, ਥੈਂਕ ਯੂ ਤੁਹਾਡੇ ਸਾਰਿਆਂ ਦਾ। ਜੇ ਨਹੀਂ ਫੋਲੋ ਕੀਤਾ ਤਾਂ ਮੈਨੂੰ ਫੋਲੋ ਕਰ ਲਿਓ, ਮੇਰਾ ਇੱਕ ਸ਼ੋਅ ਵੀ ਚੱਲਦਾ ਤੇ ਕ੍ਰਿਕਟ ਨਾਲ ਤਾਂ ਮੈਂ ਪਹਿਲਾਂ ਜੁੜਿਆ ਹੋਇਆ ਸੀ, ਹੁਣ ਸ਼ਾਇਦ ਮੈਂ ਦੁਬਾਰਾ ਲਾਈਵ ਦੇ ਜਿਹੜੇ ਜਰੀਏ ਜੁੜਦਾ ਰਹੂੰਗਾ। ਤੇ ਕਾਫੀ ਕੁਝ ਕਿ ਮੈਂ ਨਵਾਂ ਕੁਝ ਸ਼ੁਰੂ ਕਰ ਲਿਆ ਸੀ ਆਪਦਾ, ਇੱਕ ਨਵਾਂ ਸ਼ੋਅ ਸ਼ੁਰੂ ਕੀਤਾ, ਯਾਰ ਤਾਂ ਜਾਊ ਬਾਹਰ, ਤੇ ਹੋਪ ਸੋ ਤੁਸੀਂ ਸਾਰੇ ਦੇਖਦੇ ਹੋਵੋਗੇ। ਆਇਲਸ ਇੰਸਟੀਚਿਊਟ ਤੇ ਜਾ ਕੇ ਰੌਣਕਾਂ ਲਾਈ ਗਈਆਂ ਨੇ, ਤੇ ਹਰਮਨ ਨੂੰ ਮੈਂ ਦੁਬਾਰਾ ਦੁਬਾਰਾ ਜੁਆਇਨ ਕਰਦਾ। ਹਰਮਨ ਤੁਸੀਂ ਤੋਂ ਸ਼ਾਇਦ ਕਾਲ ਆਈ ਹੈ, ਮੈਂ ਜਿੰਨੇ ਵੀ ਲੋਕ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ, ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਕਿ ਨਾਲ ਜੁੜੇ ਰਹਿਓ, ਕਿਉਂਕਿ ਬੜਾ ਕ੍ਰਿਕਟ ਨੂੰ ਲੈ ਕੇ ਬੜਾ ਵੱਡਾ ਟੌਪਿਕ ਹੈ ਜੋ ਕੱਲ ਹੋਇਆ, ਤੇ ਮੈਂ ਚਾਹੁੰਦਾ ਇਸ ਤੇ ਚਰਚਾ ਹੋਣੀ ਚਾਹੀਦੀ ਸੀ, ਇਸ ਕਰਕੇ ਮੈਂ ਅੱਜ ਲਾਈਵ ਹੋਇਆ। ਥੈਂਕ ਯੂ ਜਿੰਨੇ ਵੀ ਲੋਕਾਂ ਨੇ ਫੋਲੋ ਕੀਤਾ, ਹੋਪ ਸੋ ਮੈਂ ਸਭ ਦਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦਾ ਰਹਿਣਾ, ਮੈਨੂੰ ਜਿੰਨੇ ਵੀ ਮੈਸੇਜ ਆਉਂਦੇ ਆ। ਮੈਂ ਹਰਮਨ ਨੂੰ ਦੁਬਾਰਾ ਰਿਕੁਐਸਟ ਪਾਸ ਕੀਤੀ ਹੈ, ਤੇ ਮੈਨੂੰ ਲੱਗਦਾ ਹਰਮਨ ਜੀ ਜੁਆਇਨ ਕਰਨਗੇ ਤਾਂ। ਰਿਕੁਐਸਟ ਆਈਆਂ ਹੀ ਬਹੁਤ ਨੇ ਵਿੱਚ ਵਿੱਚ, ਤੇ ਹਰਮਨ ਜੀ ਦੇਖ ਰਹੇ ਨੇ ਤਾਂ ਇੱਕ ਵਾਰੀ ਦੁਬਾਰਾ ਸਾਡੇ ਨਾਲ ਜੁਆਇਨ ਕਰ ਲੈਣ ਤੇ ਫੋਲੋ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਸੈਕਿੰਡ ਦੀ ਇਸ ਟਾਈਮ ਮੌਕੇ ਤੇ ਹਰਮਨ ਜੀ, ਅਗਰ ਤੁਸੀਂ ਦੇਖ ਰਹੇ ਹੋ ਤਾਂ ਪਲੀਜ਼ ਮੈਨੂੰ ਕੋਈ ਰਿਕੁਐਸਟ ਭੇਜੋ, ਕਿਉਂਕਿ ਗੱਲ ਵਿਚਾਲੇ ਰਹਿ ਗਈ ਹੈ। ਮੈਂ ਨਹੀਂ ਚਾਹੁੰਦਾ ਕਿ ਗੱਲਾਂ ਵਿਚਾਲੇ ਰਹਿਣੀਆਂ ਚਾਹੀਦੀਆਂ ਨੇ, ਇੰਨੇ ਲੋਕ ਤੁਹਾਨੂੰ ਦੇਖਣ ਲਈ ਜੁੜੇ ਸੀਗੇ। ਮੈਂ ਤੁਹਾਨੂੰ ਦੁਬਾਰਾ ਰਿਕੁਐਸਟ ਭੇਜੀ ਹਰਮਨ, ਅਗਰ ਤੁਸੀਂ ਦੇਖ ਰਹੇ ਹੋ ਤਾਂ ਜੁਆਇਨ ਜ਼ਰੂਰ ਕਰਿਓ। ਹਾਂਜੀ ਅਕਸੈਪਟ ਕਰਦਾ ਮੈਂ, ਤੇ ਜਿੰਨੇ ਲੋਕਾਂ ਨੇ ਉਸ ਮੈਚ ਨੂੰ ਦੇਖਿਆ ਉਹ ਸਾਰੇ ਜਾਣੂ ਨੇ ਇਸ ਗੱਲ ਤੋਂ। ਹਰਮਨ ਮੈਂ ਤੁਹਾਨੂੰ ਦੁਬਾਰਾ ਰਿਕੁਐਸਟ ਭੇਜੀ ਹੈ, ਅਨੇਬਲ ਟੂ ਜੁਆਇਨ ਆ ਰਿਹਾ, ਆਈ ਡੋਨਟ ਨੋ ਕੀ ਰੀਜ਼ਨ ਉਹਦਾ ਆ ਰਿਹਾ ਹੈ, ਪਰ ਤੁਹਾਨੂੰ ਦੁਬਾਰਾ ਰਿਕੁਐਸਟ ਮੈਂ ਪਾਸ ਕਰਦਾ। ਬਾਕੀ ਤੁਸੀਂ ਵੀ ਆਪਣੇ ਰਿਵਿਊ ਦੇ ਵਿਊ ਦੇ ਸਕਦੇ ਹੋ ਕਿ ਜੋ ਉੱਥੇ ਕੁਝ ਵੀ ਹੋਇਆ, ਕਮੈਂਟ ਬਾਕਸ 'ਚ ਵੀ ਦੱਸ ਸਕਦੇ ਹੋ, ਜਿਨ੍ਹਾਂ ਨੇ ਵੀ ਦੇਖਿਆ ਉੱਥੇ ਹੋਇਆ ਕੀ ਸੀਗਾ। ਹਰਮਨ ਕੀ ਕੀ ਦਿੱਕਤ ਹਾਂਜੀ ਆ ਰਹੀ, ਕੋਈ ਨੈਟਵਰਕ ਇਸ਼ੂ ਸੀ ਜਾਂ ਕਾਲ ਆ ਗਈ ਸੀ ਕੋਈ? ਕਾਲ ਆ ਰਹੀ ਹੈ ਵਿੱਚ ਮੈਂ ਵਾਈਫਾਈ ਨਾਲ ਨਹੀਂ ਕਨੈਕਟ ਕੀਤਾ ਹੋਇਆ ਬਸ ਕੋਈ ਨਹੀਂ, ਇਹਦੇ ਫਲਾਈਟ ਨਾਲ ਮੋਡ ਕਰਕੇ ਵਾਈਫਾਈ ਨਾਲ ਕਨੈਕਟ ਕਰ ਲਓ ਤੁਸੀਂ, ਉਹ ਗੱਲ ਵਿਚਾਲੇ ਰਹਿ ਗਈ ਹੈ।
ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਉਹ ਹਾਂਜੀ ਗੱਲ ਹਾਂਜੀ ਵਿਚਾਲੇ ਰਹਿ ਗਈ ਸੀ ਕਿ ਉਹ ਕਹਿੰਦੇ ਵੀ ਉਹ ਵਿਕਟਸ ਕਾਊਂਟ ਨਹੀਂ ਸੀ ਹੋਈਆਂ, ਮੈਂ ਇਹਦੀ ਗੱਲ ਉੱਥੇ ਸੀ ਸ਼ਾਇਦ ਜੇ ਮੈਂ ਗਲਤ ਨਹੀਂ ਆ, ਉਹ ਵਿਕਟ ਕਾਊਂਟ ਨਹੀਂ ਸੀ ਹੋਈਆਂ। ਨਹੀਂ ਕਮੇਟੀ ਨੇ ਜਿੰਨਾ ਕੀਤਾ ਸਹੀ ਕੀਤਾ ਵੈਸੇ, ਪਰ ਇਸ ਤੋਂ ਵੀ ਵੱਧ ਇਹ ਹੋ ਸਕਦਾ ਸੀ ਜੇ ਅਗਰ ਕਮੇਟੀ ਕੋਲ ਪ੍ਰੂਫ ਹੁੰਦੇ, ਨਾ ਮੇਰੇ ਕੋਲ ਪ੍ਰੂਫ ਨਾ ਤੁਹਾਡੇ ਕੋਲ, ਕਿਸੇ ਕੋਲ ਪ੍ਰੂਫ ਨਹੀਂ ਕਿ ਰੋਹਿਤ ਨੇ ਫਿਕਸਿੰਗ ਕੀਤੀ, ਹਨਾ। ਆਪਾਂ ਇੱਕ ਜਸਟ ਅੰਦਾਜ਼ਾ ਲਾ ਰਹੇ ਹਾਂ, ਤੇ ਰੋਹਿਤ ਚੰਡੀਗੜ੍ਹ ਨੇ ਲਾਈਵ ਹੋ ਕੇ ਵੀ ਇੰਨੀ ਗੱਲ ਕਹੀ ਕਿ ਯਾਰ ਅਗਰ ਏਦਾਂ ਦੀ ਕੋਈ ਗੱਲ ਹੈ ਤਾਂ ਮੈਂ ਤੇ ਮੇਰੇ ਮਾਂ ਬਾਪ ਦੀ ਹੁਣੀ ਮੌਤ ਹੋ ਜਾਵੇ, ਏਡੀ ਵੱਡੀ ਗੱਲ ਕੋਈ ਨਹੀਂ ਕਹਿੰਦਾ ਹੁੰਦਾ, ਹਨਾ। ਤੇ ਮਤਲਬ ਉਹਨੇ ਲਾਈਵ ਹੋ ਕੇ ਇੰਨੀ ਗੱਲ ਕਹੀ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨੇ ਕੀਤੀ ਹੈ। ਉਹਦਾ ਇਹ ਕਹਿਣਾ ਸੀ ਲਾਈਵ ਦੇ ਵਿੱਚ ਕਿ ਜਿਹੜੀ ਮੂਹਰੋਂ ਟੀਮ ਸੀ ਉਹ ਸਾਨੂੰ ਜਾਣ ਬੁੱਝ ਕੇ ਵਿਕਟਾਂ ਦੇ ਰਹੀ ਸੀ, ਅਸੀਂ ਨਹੀਂ ਕਿਹਾ, ਕਹਿੰਦਾ ਉਹਨੇ, ਉਹਦਾ ਇਹ ਕਹਿਣਾ ਸੀਗਾ। ਤੇ ਹੁਣ ਦੇਖੋ, ਹੁਣ ਨਾ ਆਪਾਂ ਨੂੰ ਪਤਾ ਕਿਹਨੂੰ ਇਹ ਗੱਲ ਵਿਚਲੀ ਪਤਾ, ਕਿਹਨੂੰ ਨਹੀਂ ਪਤਾ, ਚਲੋ। ਤੇ ਉਸ ਤੋਂ ਬਾਅਦ ਫਿਰ ਕਮੇਟੀ ਦਾ ਇਹ ਫੈਸਲਾ ਸੀ ਕਿ ਜਿਹੜੀਆਂ ਉਹ 4 ਵਿਕਟਾਂ ਉਹਨਾਂ ਨੇ ਜਾਣ ਬੁੱਝ ਕੇ ਹਵਾ ਦੇ ਵਿੱਚ ਦਿੱਤੀਆਂ, ਉਹਦੇ ਵਿੱਚੋਂ 2 ਰੋਹਿਤ ਚੰਡੀਗੜ੍ਹ ਨੂੰ ਕਾਊਂਟ ਹੋਣਗੀਆਂ ਤੇ 2 ਕਾਊਂਟ ਨਹੀਂ ਹੋਣਗੀਆਂ। ਹਾਂਜੀ, ਉਹ ਇਹ ਫੈਸਲਾ ਲਿੱਤਾ ਸੀ ਕਮੇਟੀ ਨੇ। ਬੜੇ ਲੋਕਾਂ ਨੇ ਰੋਹਿਤ ਦੇ ਅਗੇਂਸਟ ਪੋਸਟਾਂ ਪਾਈਆਂ ਕਿ ਰੋਹਿਤ ਨੂੰ ਇਸ ਟੂਰਨਾਮੈਂਟ ਤੋਂ ਬੈਨ ਹੈ, ਉੱਥੋਂ ਬੈਨ ਹੈ, ਇੱਥੇ ਨਹੀਂ ਖੇਡਣ ਦਿੱਤਾ ਜਾਊਗਾ, ਅਗਰ ਕਿਸੇ ਨੂੰ ਹਾਂ ਕੀਤੀ ਹੈ ਤਾਂ ਮਨਾ ਕਰ ਦਿਓ, ਇੱਦਾਂ ਦੀਆਂ ਪੋਸਟਾਂ ਪੈਣਾ। ਮੈਂ 2 ਪੱਖ ਦੇਖਦਾ ਹਰਮਨ, 1 ਸੈਕਿੰਡ, ਮੇਰਾ ਸਵਾਲ ਪੂਰਾ। ਬਿਲਕੁਲ ਬਿਲਕੁਲ, ਪੱਖ ਦੇਖਦਾ ਇਸ ਚੀਜ਼ ਨੂੰ ਲੈ ਕੇ। ਪਹਿਲਾ ਪੱਖ ਮੇਰਾ ਇਹ ਹੈ, ਅਗਰ ਕ੍ਰਿਕਟ ਦੇ ਵਿੱਚ ਕੰਟਰੋਵਰਸੀ ਆ ਜੇ, ਕ੍ਰਿਕਟ ਦਾ ਨਾਮ ਦੇ ਉੱਤੇ ਆ ਰਿਹਾ ਵੀ ਕ੍ਰਿਕਟ 'ਚ ਆਹ ਕੁਛ ਹੋ ਰਿਹਾ, ਬਿਲਕੁਲ ਬਿਲਕੁਲ। ਲੇਕਿਨ ਨੈਗੇਟਿਵ ਪੱਖ ਹੈ, ਪੋਜ਼ਿਟਿਵ ਪੱਖ ਇਹ ਸੀਗਾ ਕਿ ਕੁਛ ਸਭ ਕੁਛ ਚੰਗਾ ਹੋਵੇ। ਦੇਖੋ ਇਹਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ, ਜੇ ਆਪਾਂ ਹਨਾ ਸਾਰੇ ਸਟੈਂਡ ਰੱਖੀਏ, ਸਾਰੇ ਕਮੈਂਟੇਟਰ ਸਟੈਂਡ ਰੱਖਣ, ਸਾਰੇ ਲਾਈਵ ਵਾਲੇ ਸਟੈਂਡ ਰੱਖਣ, ਕਿ ਅਗਰ ਕ੍ਰਿਕਟ ਦੇ ਵਿੱਚ ਇੱਦਾਂ ਦਾ ਕੁਛ ਵੀ ਆਉਂਦਾ ਨਾ, ਉਹਦੇ ਉੱਤੇ ਸਖ਼ਤ ਤੋਂ ਸਖ਼ਤ ਫੈਸਲਾ ਲਿਆ ਜਾਵੇ। ਮੈਂ ਨਹੀਂ ਕਹਿੰਦਾ ਕਿ ਗਲਤ ਫੈਸਲਾ, ਇਹ ਸਹੀ ਫੈਸਲਾ। ਅਗਰ ਕੋਈ ਇਹੋ ਜਿਹੀ ਹਰਕਤ ਕਰਦਾ, ਮੈਂ ਮੈਚ ਫਿਕਸ ਕਰਦਾ, ਮੈਨੂੰ ਸਾਰੀ ਉਮਰ ਲਈ ਬੈਨ ਕਰ ਦਿਓ, ਕੋਈ ਵੀ ਮੈਚ ਫਿਕਸ ਕਰਦਾ, ਰੋਹਿਤ ਚੰਡੀਗੜ੍ਹ ਨੇ ਕੀਤਾ ਜਾਂ ਨਹੀਂ ਕੀਤਾ ਇਹੋ ਜਿਹੇ ਕਲੀਅਰ ਨਹੀਂ ਹੋਇਆ ਹੈਗਾ, ਇਹ ਸਿਰਫ ਲੋਕ ਅੰਦਾਜ਼ਾ ਲਾ ਰਹੇ ਨੇ, ਹਨਾ। ਪਰ ਆਪਾਂ ਨੂੰ ਸਾਰਿਆਂ ਨੂੰ ਸਟੈਂਡ ਤਾਂ ਲੈਣਾ ਚਾਹੀਦਾ ਨਾ ਕਿ ਯਾਰ ਗਰਾਊਂਡ ਦੇ ਵਿੱਚ ਕੀ ਹੋ ਰਿਹਾ, ਇੱਕ ਮਜ਼ਾਕ ਹੋ ਰਿਹਾ ਸੀ ਨਾ ਉਹ। ਕੱਲ ਦੀ ਰਾਤ ਵੀਰੇ ਤੁਹਾਨੂੰ ਪਤਾ ਕਿ ਹਨਾ ਮੈਂ ਬਹੁਤ ਕਲੋਜ਼ ਸੀਗਾ ਫੋਰਡ ਜਿੱਤਣ ਤੇ, ਕਿਉਂਕਿ 10-15 ਸਾਲ ਹੋ ਗਏ ਹਨਾ ਖੇਲਦੇ ਨੂੰ, ਕਿ ਹਰ ਬੰਦੇ ਨੂੰ ਹੀ ਹੁੰਦਾ ਕਿ ਆਪਾਂ ਕੋਈ ਵੱਡੀ ਚੀਜ਼ ਜਿੱਤੀਏ, ਹਨਾ। ਤੇ ਪੈਸਾ ਨਹੀਂ ਉੱਥੇ ਮੈਟਰ ਕਰਦਾ ਕਿ ਪੈਸਾ ਪੂਸਾ, ਪਰ ਮੈਨੂੰ ਇਹ ਸੀ ਕਿ ਆਪਾਂ ਵੀ ਕੋਈ ਵੱਡੀ ਚੀਜ਼ ਜਿੱਤੀਏ, ਤੇ ਮੈਂ ਬਹੁਤ ਕਲੋਜ਼ ਸੀ ਬਸ ਉੱਥੋਂ। ਮੈਂ ਫਾਈਨਲ ਮੈਚ ਦੇ ਵਿੱਚ ਅਗਰ 2-3 ਸਿਕਸ ਮਾਰ ਦਿੰਦਾ ਤਾਂ ਸ਼ਾਇਦ ਫੋਰਡ ਧੂਰੀ ਨੂੰ ਆਉਣਾ ਸੀ, ਤੇ ਫਿਰ ਵੱਧ ਖੁਸ਼ੀ ਹੋਣੀ ਸੀ। ਪਰ ਖੁਸ਼ ਮੈਂ ਹੁਣ ਵੀ ਹਾਂ ਖੁਸ਼, ਕਿਉਂਕਿ ਲੋਕਾਂ ਨੇ ਬਹੁਤ ਜ਼ਿਆਦਾ, ਮੈਂ ਕਹਿੰਦਾ, ਇੰਨੇ ਫੋਨ ਕਾਲ ਮੈਸੇਜਿਸ ਚ ਵਧਾਈਆਂ ਦਿੱਤੀਆਂ ਕਿ ਯਾਰ ਕੋਈ ਗੱਲ ਨਹੀਂ, ਬਹੁਤ ਵਧੀਆ, ਮੈਨੂੰ ਹੌਸਲਾ ਦਿੱਤਾ ਉਹਨਾਂ ਨੇ ਕਿ ਕੋਈ ਗੱਲ ਨਹੀਂ। ਤੇ ਪਰ ਮੈਂ ਉਹ ਹੌਸਲੇ ਨਾਲ ਹੀ ਬਸ ਰਾਤ ਨਿਕਲ ਗਈ, ਨਹੀਂ ਤਾਂ ਸ਼ਾਇਦ ਮੈਂ ਸੈਡ ਹੋਣਾ ਸੀ ਪਰਿਵਾਰ ਦੇ ਵਿੱਚ। ਗੱਲ ਲੱਗੀ ਵੀ ਆ ਇੱਕ ਵਾਕਾ ਘਟ ਗਿਆ ਗਰਾਊਂਡ ਦੇ ਵਿੱਚ। ਨਹੀਂ ਮੈਂ ਮੰਮੀ ਡੈਡੀ ਨਾਲ ਇੰਨਾ ਕੋਈ ਖਾਸ ਸ਼ੇਅਰ ਨਹੀਂ ਕੀਤਾ, ਮੈਂ ਮੰਮੀ ਡੈਡੀ ਨੂੰ ਨਹੀਂ ਪਤਾ ਇਹ ਚੀਜ਼ਾਂ ਦਾ, ਕਿਉਂਕਿ ਉਹ ਥੋੜਾ ਸ਼ੂਗਰ ਵਗੈਰਾ ਕਰਕੇ, ਹਨਾ। ਤੇ ਮੈਨੂੰ ਐ ਹੁੰਦਾ ਵੀ ਆਪਾਂ ਘਰਦਿਆਂ ਨੂੰ ਕੋਈ ਟੈਨਸ਼ਨ ਨਾ ਦਈਏ, ਮੈਂ ਬਸ ਆ ਕੇ ਘਰਦਿਆਂ ਨੂੰ ਕਿਹਾ ਮੈਂ LED ਜਿੱਤ ਗਿਆ, ਯਸ, ਘਰਦੇ ਬਹੁਤ ਖੁਸ਼। ਉਹਨਾਂ ਨੂੰ ਨਹੀਂ ਪਤਾ ਇਹ ਚੀਜ਼ ਦਾ, ਉਹਨਾਂ ਨੂੰ ਨਹੀਂ ਪਤਾ। ਕ੍ਰਿਕਟ ਨੂੰ ਇਸ ਸਾਈਡ ਤੋਂ ਜਾ ਰਹੀ ਹੈ, ਰੋਕਣ ਲਈ ਕੀ ਕੀਤਾ ਜਾ ਸਕਦਾ, ਤੁਹਾਡਾ ਲਾਸਟ ਸੁਝਾਅ ਜਾਨਣਾ ਚਾਹੂੰਗਾ। ਮੈਂ ਉਹੀ ਕਹਿ ਰਿਹਾ, ਰੋਕਣ ਲਈ ਇਹੀ ਕੀਤਾ ਜਾ ਸਕਦਾ ਕਿ ਆਪਾਂ ਸਾਰੇ ਸਟੈਂਡ ਲਈਏ ਯਾਰ, ਜਿਹੜੇ ਮੇਰੇ ਵਰਗੇ ਹੋਰ ਪਲੇਅਰ ਨੇ ਜਿਨ੍ਹਾਂ ਨੂੰ ਦੁਨੀਆ ਪਿਆਰ ਕਰਦੀ ਹੈ ਯਾਰ, ਉਹ ਕਿਉਂ ਨਹੀਂ ਸਟੈਂਡ ਲੈ। ਕੱਲ ਕੋਈ ਨਹੀਂ ਬੋਲਿਆ ਵੀਰੇ, ਕਿਉਂਕਿ ਚਲੋ ਮੈਂ ਇਹ ਵੀ ਮੰਨਦਾ ਲੋਕਾਂ ਨੂੰ, ਮੈਚ ਤੋਂ ਬਾਅਦ ਬੋਲਿਆ, ਜਦੋਂ ਮੈਚ ਹੋ ਜਾਂਦਾ ਉਸ ਤੋਂ ਬਾਅਦ ਬੋਲਿਆ। ਨਹੀਂ ਨਹੀਂ ਮੈਂ ਤੁਹਾਨੂੰ ਉਹੀ ਦੱਸਦਾ ਕਿ ਅਗਰ ਜਦੋਂ ਮੈਚ ਚੱਲ ਰਿਹਾ ਸੀ ਉਦੋਂ ਕਿਉਂ ਨਹੀਂ ਕਿਸੇ ਨੇ ਸਟੈਂਡ ਲਿਆ, ਉੱਥੇ ਸਾਰੀ ਦੁਨੀਆ ਦੇਖ ਰਹੀ ਸੀਗੀ, ਹਨਾ, ਠੀਕ ਹੈ। ਤੇ ਜੇ ਆਪਾਂ ਸਾਰੇ ਇਸ ਚੀਜ਼ ਸਟੈਂਡ ਲਈ, ਉੱਥੇ ਮੈਚ ਬੰਦ ਹੋ ਜਾਂਦਾ, ਉੱਥੇ ਦੋਨੇ ਟੀਮਾਂ ਨੂੰ ਬਾਹਰ ਕਰ ਦਿੰਦੇ ਕਿ ਆ ਕੀ ਹੋ ਰਿਹਾ, ਹਨਾ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਕਮੇਟੀ ਦਾ ਆਪਾਂ ਇਹ ਨਹੀਂ ਕਹਿ ਸਕਦੇ ਵਿੱਚ ਯੋਗਦਾਨ ਸੀ, ਕਿਉਂਕਿ ਉਹਨਾਂ ਨੇ 2-2 ਵਿਕਟਾਂ ਡਿਵਾਈਡ ਕਰਤੀਆਂ ਸੀਗੀਆਂ ਕਿ ਅਸੀਂ 2 ਵਿਕਟਾਂ ਨਹੀਂ ਦੇ ਰਹੇ। ਉਹੀ ਸਵਾਲ ਹੈ ਕਿ ਸਾਹਮਣੇ ਵਾਲੀ ਟੀਮ ਨਾਲ ਤੁਹਾਡਾ ਰਾਬਤਾ ਕਿਵੇਂ ਸੀਗਾ, ਰਸੂਖ ਕਿਵੇਂ ਸੀ ਉਹਨਾਂ ਨਾਲ, ਜਾਣ ਪਛਾਣ ਹੈਗੀ ਸੀ ਪਹਿਲਾਂ ਤੋਂ? ਕਿਹੜੀ ਟੀਮ ਦੀ ਗੱਲ ਕਰ ਰਹੇ ਹੋ, ਰੋਹਿਤ ਦੀ ਟੀਮ ਦੀ ਗੱਲ ਕਰਦੇ ਹੋ? ਨਹੀਂ, ਰੋਹਿਤ ਦੇ ਸਾਹਮਣੇ ਜਿਹੜੀ ਟੀਮ ਖੇਲਦੀ ਸੀ ਜਿਹੜੀ ਆਊਟ ਹੋ ਰਹੀ ਸੀ। ਅੱਛਾ, ਨਹੀਂ, ਮੈਂ ਉਹਨਾਂ ਨੂੰ ਜ਼ਿੰਦਗੀ ਚ ਕਦੇ ਨਹੀਂ ਮਿਲਿਆ, ਨਾ ਮੈਂ ਉਹਨਾਂ ਨੂੰ ਜਾਣਦਾ, ਤੇ ਮੈਨੂੰ ਨਹੀਂ ਪਤਾ, ਸ਼ਾਇਦ ਉਹ ਚੱਪੜ ਚਿੜੀ ਦੀ ਟੀਮ ਸੀ, ਸ਼ਾਇਦ, ਪਤਾ ਨਹੀਂ। ਬਾਕੀ ਫੋਨ ਆ ਰਹੇ ਨੇ ਮੈਨੂੰ, ਵਿੱਚ ਫੋਨ ਆ ਰਹੇ ਨੇ, ਫੋਨ ਆ ਰਹੇ ਨੇ, ਫੋਨ ਕੱਟ ਦਿਓ, ਫੋਨ ਨੂੰ ਵਾਈਫਾਈ ਮੋਡ ਨਾਲ ਕਨੈਕਟ ਕਰਕੇ ਫਲਾਈਟ ਮੋਡ ਕਰ ਦਿਓ।
चलो जिन्हें भी लोग इस टाइम साढ़े जुड़े ने तोड़ा बहुत बहुत धन्यवाद है। इन्होंने फॉलो नहीं किया मैंने फॉलो जरूर कर लियो क्योंकि शायद मैं ये चिट चैट प्रोग्राम इतने शुरू करा क्योंकि टूर्नामेंटा हम पहुंचना कई बार औखा हो जाता है कई बार सदे भी घट ही होने अजकल से स्पष्ट कह रहा तो मैं बहुत घट फोन ही करता किसी भी मैंने बुला लियो। हाँ किसी का कॉल आए तो जी सद के है कोशिश करी थी लागे ताके हुए तो पहुंचोगे कल भी मैं जीत नगर पहुंच रहा जिन्हें लोगों ने मैंने देखा बहुत बहुत धन्यवाद। हरमन फिर लैफ्ट हो गया थैंक यू रिक्वेस्ट फिर की हरमन ने गल विचाले रह गई है फॉलो जरूर कर लियो प्यार देंदे रहे मैं हरमन ने रिक्वेस्ट मैंने करा फिर की होप सो मैं हरमन ज्वाइन करावा। हाँ जी हरमन कॉल आ रही है देख भी रहे तुम लाइव से शायद उन्होंने ही कॉल है ਕਿੰਨਾ ਦੀਆਂ ਤੁਹਾਨੂੰ ਕਾਲਸ ਮੈਂ ਕਿਹਾ ਲਾਈਵ ਚ ਕੋਈ ਦੇਖ ਕੇ ਕਰ ਰਿਹਾ ਜਾਂ ਵੈਸੇ ਹੀ ਹੋਰ ਨੋਨ ਟੂ ਪਰਸਨ ਦੀ ਪਤਾ ਨਹੀਂ ਅਨਨੋਨ ਨੰਬਰ ਤੋਂ ਕੋਈ ਕਾਲਸ ਆ ਰਹੀਆਂ ਤੇ ਦਿਲ ਤੁਹਾਡਾ ਨਹੀਂ ਤੁਹਾਡੇ ਫੈਨਸ ਦਾ ਵੀ ਟੁੱਟਿਆ ਕਿਉਂਕਿ ਤੁਹਾਨੂੰ ਸੋਸ਼ਲ ਮੀਡੀਆ ਤੇ ਲੋਕ ਬਹੁਤ ਪਿਆਰ ਕਰਦੇ ਆ ਗਰਾਊਂਡ ਤੇ ਪਿਆਰ ਕਰਦੇ ਆ ਕਿਉਂਕਿ ਸੋਸ਼ਲ ਮੀਡੀਆ ਤੇ ਮੈਂ ਤੁਹਾਡੀ ਪ੍ਰੋਫਾਈਲ ਸਟਾਕ ਕਰਦਾ ਰਹਿੰਦਾ ਤਾਂ ਵਿਊਜ਼ ਤੇ ਰਿਵਿਊਜ਼ ਤੁਹਾਡੇ ਲਈ ਲੋਕਾਂ ਨੇ ਬੜੇ ਚੰਗੇ ਬੜੇ ਪੋਜ਼ਿਟਿਵ ਹੁੰਦੇ ਚਾਹੇ ਤੁਸੀਂ ਆਪਦੀ ਲਾਈਫ ਪਾਰਟਨਰ ਨਾਲ ਤੁਸੀਂ ਵੀਡੀਓਜ਼ ਅਪਲੋਡ ਕਰਦੇ ਹੋ ਚਾਹੇ ਤੁਸੀਂ ਕ੍ਰਿਕਟ ਦੀ ਵੀਡੀਓ ਅਪਲੋਡ ਕਰਦੇ ਹੋ ਹੋਰ ਦੋਸਤੋ ਬੈਟ ਬੈਟ ਦਾ ਬਿਜ਼ਨਸ ਕਿੱਦਾਂ ਚੱਲ ਰਿਹਾ ਬਹੁਤ ਵਧੀਆ ਬਸ ਧੂਆਂ ਕੱਢਿਆ ਪਿਆ ਧੂਆਂ ਕੱਢਿਆ ਪਿਆ ਧੂਆਂ ਕੱਢਿਆ ਪਿਆ ਬਹੁਤ ਵਧੀਆ ਚੱਲ ਰਿਹਾ ਵੀਰੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਤੇ ਸਾਰਿਆਂ ਦਾ ਭਰਾਵਾਂ ਦਾ ਵੀਰੇ ਦਿਲੋਂ ਧੰਨਵਾਦ ਜਿਹੜੇ ਇੰਨਾ ਵਧੀਆ ਰਿਸਪੌਂਸ ਦੇ ਰਹੇ ਨੇ ਐਚਡੀ ਬੈਟ ਨੂੰ ਸਾਨੂੰ ਕਦੋਂ ਗਿਫਟ ਕਰ ਰਹੇ ਹੋ ਆਜੋ ਤੁਰੀ ਆਇਆ ਸੀ ਪਿੱਛੇ ਪਰ ਸਮਾਂ ਮੇਰੇ ਕੋਲ ਥੋੜਾ ਸੀ ਮੈਂ ਜ਼ਰੂਰ ਰਾਬਤਾ ਤੁਹਾਡੇ ਨਾਲ ਕਾਇਮ ਕਰਦਾ ਲੱਗਦਾ ਫਿਰ ਸਮੱਸਿਆ ਆ ਚੁੱਕੀ ਹੈ ਚਲੋ ਜਿੰਨਾ ਵੀ ਸਮਾਂ ਗੱਲ ਹੋਈ ਮੈਂ ਥੈਂਕ ਯੂ ਕਰਦਾ ਹਰਮਨ ਦੇ ਫਲੋਵਰਸ ਦਾ ਕਿਉਂਕਿ ਮੇਰੇ ਤਾਂ ਬਹੁਤ ਥੋੜੇ ਜਿਹੇ ਫਲੋਵਰਸ ਨੇ ਤੁਸੀਂ ਪਿਆਰ ਕਰਦੇ ਰਹੋਗੇ ਤਾਂ ਮੈਂ ਇੱਦਾਂ ਹੀ ਜੁੜਦਾ ਰਹੂੰਗਾ ਤੁਹਾਡੇ ਨਾਲ ਤੇ ਪਲੇਅਰਾਂ ਦੀ ਮੁਲਾਕਾਤ ਕਰਾਉਂਦਾ ਰਹੂੰਗਾ ਤੇ ਸ਼ਾਇਦ ਜਲਦੀ ਹੀ ਨੈਕਸਟ ਸ਼ਾਮ ਦਾ ਸੈਸ਼ਨ ਅਸੀਂ ਇੱਕ ਨਵੇਂ ਹੋਰ ਪਲੇਅਰ ਨਾਲ ਰੱਖਾਂਗੇ ਜੁੜੇ ਰਹਿਓ ਹਰਮਨ ਨਾਲ ਬਾਕੀ ਗੱਲ ਮੈਂ ਕਲੀਅਰ ਕਰਕੇ ਸ਼ਾਇਦ ਪੋਸਟ ਪਾ ਕੇ ਕਰਦਾ ਕਿ ਆਹ ਗੱਲ ਸੀ ਤੇ ਆਹ ਬਾਤ ਸੀ ਹਰਮਨ ਦਾ ਵੀ ਥੈਂਕ ਯੂ ਉਹਨੇ ਸਮਾਂ ਦਿੱਤਾ ਇੱਕ ਫੋਨ ਤੇ ਇੱਕ ਕਾਲ ਕੀਤੀ ਤੇ ਜਸਟ ਹਾਂ ਭਰਤੀ ਕਰਨਾ ਵੀਰੇ ਕੋਈ ਗੱਲ ਨਹੀਂ ਤੇ ਥੈਂਕ ਯੂ ਵੀਰੇ ਜਿੰਨੇ ਵੀ ਮੈਸੇਜਿਸ ਮੈਨੂੰ ਆ ਰਹੇ ਲਾਈਕਸ ਆ ਰਹੇ ਆ ਕਮੈਂਟਸ ਆ ਰਹੇ ਆ ਤੇ ਫੋਲੋ ਕਰ ਲਿਓ ਯੂਟਿਊਬ ਤੇ ਵੀ ਮਿਸਟਰ ਸਮਰੀ ਨੂੰ ਸਬਸਕ੍ਰਾਈਬ ਕਰ ਲਿਓ ਨਵਾਂ ਸ਼ੋਅ ਸ਼ੁਰੂ ਕੀਤਾ ਸ਼ੋਅ ਦਾ ਨਾਂ ਯਾਰ ਤਾਂ ਜਾਓ ਬਾਹਰ ਇੱਥੇ ਅਸੀਂ ਚਿੱਟ ਚੈਟ ਸ਼ੋਅ ਇੰਸਟਾਗ੍ਰਾਮ ਤੇ ਪਲੇਅਰਾਂ ਨਾਲ ਮੁਲਾਕਾਤਾਂ ਕਰਾਉਂਦੇ ਰਹਾਂਗੇ ਤੁਹਾਡੀਆਂ ਕਮੈਂਟ ਬੋਕਸ ਦੇ ਵਿੱਚ ਜਾਂ ਮੈਸੇਜ ਦੇ ਵਿੱਚ ਤੁਸੀਂ ਆਪਦਾ ਪਿਆਰ ਦਿੰਦੇ ਰਹੋ ਮੈਂ ਲਗਭਗ 100 ਦੇ ਵਿੱਚ 99 ਬੰਦਿਆਂ ਦਾ ਰਿਪਲਾਈ ਕਰਦਾ ਰਹਿਣਾ ਬੋਟਾ ਐਡਾ ਕੋਈ ਆਪਾਂ ਸੈਲੀਬ੍ਰਿਟੀ ਨਹੀਂ ਹੈਗੇ ਪਰ ਜਿੰਨਾਂ ਦੇ ਮੈਸੇਜ ਆ ਜਾਏ ਆਪਾਂ ਪੋਜ਼ਿਟਿਵ ਰਿਪਲਾਈ ਕਰੀਦਾ ਥੈਂਕ ਯੂ ਯਾਰ ਜਿੰਨੇ ਜਿੰਨੇ ਫੋਲੋ ਕੀਤਾ ਜਿਹਨੇ ਜਿਹਨੇ ਸ਼ੇਅਰ ਕੀਤਾ ਇਸ ਸਾਡੇ ਚਿੱਟ ਚੈਟ ਸ਼ੋਅ ਨੂੰ ਰੋਹਿਤ ਨਾਲ ਕੱਲ੍ਹ ਮੈਂ ਕੋਸ਼ਿਸ਼ ਕਰਨਾ ਗੱਲ ਕਰਨ ਦੀ ਕਿ ਤੁਹਾਡੀ ਰੋਹਿਤ ਨਾਲ ਅਸਲ ਹੋਰ ਸੱਚ ਜਾਣੀ ਹੈ ਕਿ ਕੱਲ੍ਹ ਮੈਚ ਦੇ ਵਿੱਚ ਕੀ ਹੋਇਆ ਕ੍ਰਿਕਟ ਕਿਸ ਸਾਈਡ ਨੂੰ ਜਾ ਰਹੀ ਹੈ ਕਿਸ ਸਾਈਡ ਨੂੰ ਨਹੀਂ ਜਾਣੀ ਚਾਹੀਦੀ ਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ